ਨਾਮ ਤੁਹਾਡਾ ਜੀ ਅਮਨੁਲਲਾਹ ਖਾਨ ਕਿਸ ਮਕਸਦ ਵਾਸਤੇ ਤੁਸੀਂ ਇਤਜਾਜ ਕਰ ਰਹੇ ਹੋ ਇਸ ਮਕਸਦ ਵਾਸਤੇ ਇਤਜਾਜ ਕਰ ਰਹੇ ਜੋ ਐਫਸਰ ਹੈ ਨਾ ਮਨਵਰ ਹੁਸੈਨ ਇਸ ਲਈ ਤੁਹਾਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਕੀ ਵਜ੍ਹਾ ਕਿਸ ਵਜ੍ਹਾ ਤੁਹਾਨੂੰ ਟ੍ਰਾਂਸਫਰ ਕੀਤਾ ਜਾ ਰਿਹਾ ਹੈ ਕਿ ਇਸ ਤੇ ਕ੍ਰਿਪਸ਼ਨ ਜ਼ਾਹਰ ਹੋ ਰਹੀ ਹੈ ਸਾਡੇ ਨਜ਼ਰ ਦੇ ਮੁਤਾਬਕ ਜੋ ਕੰਮ ਨੇ ਸਕੂਲ ਦਾ ਕਰਵਾਇਆ ਨਾ ਉਹਨਾਂ 'ਚ ਵਾਜਿਹ ਕ੍ਰਿਪਸ਼ਨ ਨਜ਼ਰ ਆ ਰਹੀ ਹੈ ਕਿਵੇਂ ਇੱਕ ਮਸਲਾ ਨ ਕਰਿਪਸ਼ਨ ਕਿਵੇਂ ਕਿਸ ਤਰ੍ਹਾਂ ਤੁਹਾਨੂੰ ਨਜ਼ਰ ਆ ਰਹੀ ਵੀ ਇਹ ਕਰਿਪਸ਼ਨ ਕਰ ਰਿਹਾ ਹੈ ਕਰਿਪਸ਼ਨ ਇਹ ਕਾਰਜ ਵੀ ਉਹ ਬਰਾਂਡਾ ਹੈ 60000 ਕੇ 50000 ਜੋ ਨਮਾ ਹੈ ਉਹਦਾ 15000 ਰੁਪਏ ਠੀਕ ਹੈ ਮੈਂ ਕਰਵਾ ਸਕਦਾ ਅਗਰ ਮੇਰੇ ਜ਼ਿੰਮੇ ਹੁੰਦਾ ਸਹੀ ਹਾਂ ਤੇ ਇਹਨੇ ਕਿੰਨੇ ਚ ਕਰਵਾਇਆ ਉਸ ਤੋਂ ਬਾਅਦ ਇਹ ਸੈਕੰਡ ਟਾਈਮ ਟੀਚਰ ਨੇ ਵੀ ਕਹਿੰਦਾ ਇੱਥੇ ਆ ਕੇ ਮੇਰੀ ਗੱਲ ਸੁਣੋ ਦਫ਼ਤਰ ਤੋਂ ਯਾਨੀ ਸਕੂਲ ਦੇ ਟਾਈਮ ਤੋਂ ਬਾਅਦ ਕਿਉਂ ਨਾ ਦੀ ਡਿਊਟੀ ਹੈ 2 ਵਜੇ ਤੱਕ ਉਸ ਤੋਂ ਬਾਅਦ ਇਹਨੇ ਕੀ ਕੰਮ ਉਹਨੂੰ ਤੁਲੰਬੇ ਬੁਲਾਉਣ ਵਾਸਤੇ ਚੰਨੂ ਦਫ਼ਤਰ ਸਕੂਲ ਦੇ ਟਾਈਮ ਨਹੀਂ ਬੁਲਾ ਸਕਦਾ ਠੀਕ ਹੋ ਗਿਆ ਹੁਣ ਤੁਸੀਂ ਤੁਹਾਡਾ ਕੀ ਮੁਤਾਬਲਾ ਵਾ ਸਰ ਇਹ ਮੁਤਾਬਲਾ ਇਸ ਨੂੰ ਇੱਥੇ ਟ੍ਰਾਂਸਫਰ ਕੀਤਾ ਜਾਵੇ ਚਲੋ ਹਾਂ ਤੁਸੀਂ ਔਰ ਚੱਕ ਦਾ ਜੋ ਸਕੂਲ ਦਾ ਕੰਮ ਹੈ ਉਹ ਸਕੂਲ ਦੀ ਕਮੇਟੀ ਚੱਕਲੇ ਮੁਤਾਬਕ ਉਹਨਾਂ ਨੇ مشورے ਨਾਲ ਮੈਡਮ ਖੁਦ ਕਰੇ ਅਸੀਂ ਖੁਦ ਉਹਨਾਂ ਨੂੰ ਕਰਵਾਉਂਦਾ ਅਸਲਾਮੁਅਲੈਕਮ ਜੀ ਵਾਲੇਕਮੁਸਲਾਮ ਕੀ ਨਾਮ ਬਾਜੀ ਤੁਹਾਡਾ ਬਾਈ ਮੇਰਾ ਨਾਮ ਜ਼ਬਾਇਦਾ ਬੀਬੀ ਮੈਂ ਇਸ ਮੁਹੱਲੇ ਚ ਤੰਦੂਰ ਲਾਇਆ ਹੋਇਆ ਆਪਣੀ ਮਜ਼ਦੂਰੀ ਕਰਦੀ ਆਂ ਸੁਬਾ 8 ਵਜੇ ਤੋਂ ਲੈ ਕੇ 10 ਵਜੇ ਤੱਕ ਇੱਥੇ ਬਾਹਰ ਹੁੰਨੀ ਆ ਤੇ ਉਹ ਭਾਈ ਆ ਆਂਦਾ ਵਾ ਆ ਤੇ ਬੱਚੀਆਂ ਜ਼ਲੀਲ ਕਰਦਾ ਗੱਡੀ ਸਿੱਧੀ ਕੌਣ ਆਂਦਾ ਜੀ ਕੌਣ ਆਂਦਾ ਨਵਾਰ ਹਸੈਣਾ ਅੱਛਾ ਕੀ ਕਹਿੰਦਾ ਬੱਚੀਆਂ ਦੀਆਂ ਕਲਾਸਾਂ ਜੀ ਬੈਂਦਾ ਬੱਚੀਆਂ ਸਾਡੀਆਂ ਨੂੰ ਤੰਗ ਕਰਦਾ ਵਾ